पानी तप दे दिलानू ठंड पौंदी, तप दे दिलानू ठंड पौंदी, ओ दिलों ना विसार बंदिया, तू दिलों ना विसार बंदिया। पानी तप दे दिलानू ठंड पौंदी, तप दे दिलानू ठंड पौंदी, तू दिलों ना विसार बंदिया, तू दिलों ना विसार बंदिया। नानक गुरु दी जोत जग रुश ना गई, अरशा चो बाणी मात लोक विच आ गई, अरशा चो बाणी मात लोक विच आ गई, अरशा चो बाणी मात लोक विच आ गई। ओ नानक गुरु दी जोत जग रुश ना गई, अरशा तो बाणी मात लोक विच आ गई, अरशा चो बाणी मात लोक विच आ गई, अरशा चो बाणी मात लोक विच आ गई। ऊंच नीच वाले झगड़े मिटाउंदी, नीच वाले झगड़े मिटाउंदी, ओ दिलों ना विसार बंदिया, तू दिलों ना विसार बंदिया। पानी तप दे दिलानू ठंड पौंदी, तप दे दिलानू ठंड पौंदी, तू दिलों ना विसार बंदिया, तू दिलों ना विसार बंदिया। ਬਾਣੀ ਨੇ ਲੈਣਾ ਅੰਗ ਨਾਲ ਲਾ ਲਿਆ, ਅੰਗ ਨਾਲ ਲਾ ਕੇ ਗੁਰੂ ਅੰਗਦ ਬਣਾ ਲਿਆ, ਅੰਗ ਨਾਲ ਲਾ ਕੇ ਗੁਰੂ ਅੰਗਦ ਬਣਾ ਲਿਆ, ਅੰਗ ਨਾਲ ਲਾ ਕੇ ਗੁਰੂ ਅੰਗਦ ਬਣਾ ਲਿਆ। ਇਸ ਬਾਣੀ ਨੇ ਲੈਣਾ ਅੰਗ ਨਾਲ ਲਾ ਲਿਆ, ਅੰਗ ਨਾਲ ਲਾ ਕੇ ਗੁਰੂ ਅੰਗਦ ਬਣਾ ਲਿਆ, ਅੰਗ ਨਾਲ ਲਾ ਕੇ ਗੁਰੂ ਅੰਗਦ ਬਣਾ ਲਿਆ, ਅੰਗ ਨਾਲ ਲਾ ਕੇ ਗੁਰੂ ਅੰਗਦ ਬਣਾ ਲਿਆ। ਬਾਣੀ ਚੇਲਿਆਂ ਤੋਂ ਗੁਰੂ ਹੈ ਬਣਾਉਂਦੀ, ਚੇਲਿਆਂ ਤੋਂ ਗੁਰੂ ਹੈ ਬਣਾਉਂਦੀ, ਉਹ ਦਿਲੋਂ ਨਾ ਵਿਸਾਰ ਬੰਦਿਆ, ਤੂੰ ਦਿਲੋਂ ਨਾ ਵਿਸਾਰ ਬੰਦਿਆ। ਬਾਣੀ ਤਪ ਦੇ ਦਿਲਾਂ ਨੂੰ ਠੰਡ ਪਾਉਂਦੀ, ਤਪ ਦੇ ਦਿਲਾਂ ਨੂੰ ਠੰਡ ਪਾਉਂਦੀ, ਉਹ ਦਿਲੋਂ ਨਾ ਵਿਸਾਰ ਬੰਦਿਆ, ਤੂੰ ਦਿਲੋਂ ਨਾ ਵਿਸਾਰ ਬੰਦਿਆ। ਪੜਕੇ ਤਾਂ ਵੇਖ ਬਾਣੀ ਸਤਿਗੁਰ ਧਾਰ ਦੀ, ਕਰਮ ਪਰੋਚੇ ਕੰਧ ਟਹਿ ਜੂ ਹੰਕਾਰ ਦੀ, ਕਰਮ ਪਰੋਚੇ ਕੰਧ ਟਹਿ ਜੂ ਹੰਕਾਰ ਦੀ, ਕਰਮ ਪਰੋਚੇ ਕੰਧ ਟਹਿ ਜੂ ਹੰਕਾਰ ਦੀ। ਉਹ ਪੜਕੇ ਤਾਂ ਵੇਖ ਬਾਣੀ ਸਤਿਗੁਰ ਧਾਰ ਦੀ, ਕਰਮ ਪਰੋਚੇ ਕੰਧ ਟਹਿ ਜੂ ਹੰਕਾਰ ਦੀ, ਕਰਮ ਪਰੋਚੇ ਕੰਧ ਟਹਿ ਜੂ ਹੰਕਾਰ ਦੀ, ਕਰਮ ਪਰੋਚੇ ਕੰਧ ਟਹਿ ਜੂ ਹੰਕਾਰ ਦੀ। ਭਵ ਸਾਗਰਾਂ ਚੋ ਪਾਰ ਹੈ ਲੰਘਾਉਂਦੀ, ਸਾਗਰਾਂ ਚੋ ਪਾਰ ਹੈ ਲੰਘਾਉਂਦੀ, ਉਹ ਦਿਲੋਂ ਨਾ ਵਿਸਾਰ ਬੰਦਿਆ, ਤੂੰ ਦਿਲੋਂ ਨਾ ਵਿਸਾਰ ਬੰਦਿਆ। ਪਾਣੀ ਤਪ ਦੇ ਦਿਲਾਂ ਨੂੰ ਠੰਡ ਪਾਉਂਦੀ, ਤਪ ਦੇ ਦਿਲਾਂ ਨੂੰ ਠੰਡ ਪਾਉਂਦੀ, ਉਹ ਦਿਲੋਂ ਨਾ ਵਿਸਾਰ ਬੰਦਿਆ, ਤੂੰ ਦਿਲੋਂ ਨਾ ਵਿਸਾਰ ਬੰਦਿਆ, ਉਹ ਦਿਲੋਂ ਨਾ ਵਿਸਾਰ ਬੰਦਿਆ। ਪਰਮ ਪੂਜਿਆ ਪਾਕ ਵਾਲੀਏ ਕੁਲ ਆਲਮ ਹਜ਼ੂਰੇ ਅਨਵਰ ਸਰਵਰੇ ਕੈਨਾਤ ਰਾਜਾਨ ਰਾਜ ਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਤਨ ਤਨ ਸਤਿਗੁਰੂ ਸ਼ਬਦ ਗੁਰੂ ਸ਼ਬਦ ਗੁਰੂ ਪੀਰਾ ਗਹਿਰ ਗੁਬੀਰਾ ਬਿਨ ਸ਼ਬਦ ਜਗ ਬਹੁ ਰਾਨੰਗ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ ਦੇ ਮਹਾਂਵਾਕ ਅਨੁਸਾਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਨੂਰੀ ਹਜ਼ੂਰੀ ਵਿੱਚ ਸੱਜ ਬੈਠੇ ਸਰਬੱਤ ਮਾਈ ਭਾਈ ਆਓ ਗੱਜ ਕੇ ਫਤਿਹ ਬੁਲਾਓ ਗੁਰੂ ਖਾਲਸਾ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਤ ਸੰਗਤ ਜੀ ਗੱਲ ਮੇਰੇ ਤੋਂ ਪਹਿਲਾਂ ਮੇਰੇ ਵੱਡੇ ਵੀਰ
ਗਿਆਨੀ ਜਰਨੈਲ ਸਿੰਘ ਜੀ ਸੁਮਨ ਸਾਹਿਬ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਦੀ ਕਰ ਰਹੇ ਸਨ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਅੱਜ ਆਪਣੇ ਗ੍ਰਹਿ ਵਿਖੇ ਆਪਣੇ ਘਰ ਵਿੱਚ ਸੂਰਜ ਉਦੇ ਹੋ ਗਿਆ, ਅਜੇ ਉੱਪਰ ਚਾਦਰ ਲੈ ਕੇ ਲੇਟੇ ਹੋਏ ਹੈ, ਸੁੱਤੇ ਹੋਏ ਹੈ। ਮਾਤਾ ਤ੍ਰਿਪਤਾ ਜੀ ਉਹਨਾਂ ਨੇ ਪ੍ਰਸ਼ਾਦਾ ਤਿਆਰ ਕੀਤਾ ਹੈ, ਪ੍ਰਸ਼ਾਦਾ ਤਿਆਰ ਹੋ ਗਿਆ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਵਿੱਚ ਇੱਕ ਦਾਸੀ ਹੈ ਜਿਹਦਾ ਨਾਮ ਹੈ ਦਾਸੀ ਤੁਲਸਾਂ, ਤੇ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ ਤੁਲਸਾਂ ਜਾ ਅੰਦਰ ਜਾ ਕੇ ਨਾਨਕ ਸੁੱਤਾ ਹੋਇਆ ਉਠਾ ਕੇ ਲੈ ਆਓ, ਪ੍ਰਸ਼ਾਦਾ ਤਿਆਰ ਹੋ ਗਿਆ। ਦਾਸੀ ਤੁਲਸਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੂੰ ਸਮਝ ਚੁੱਕੀ ਸੀ, ਜਾਣਦੀ ਸੀ ਕਿ ਨਾਨਕ ਕੋਈ ਆਮ ਨਹੀਂ, ਨਾਨਕ ਖੁਦ ਨਿਰੰਕਾਰ ਹੈ, ਆਪ ਰੱਬ ਹੈ। ਸਾਧ ਸੰਗਤ ਆਪਣੀ ਮਾਲਕਣ ਦਾ ਹੁਕਮ ਵਜਾਉਣਾ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕਮਰੇ ਵਿੱਚ ਦਾਸੀ ਤੁਲਸਾਂ ਆਈ ਹੈ, ਆ ਕਰਕੇ ਬੜੀ ਸ਼ਰਧਾ ਹੈ ਮਨ ਵਿੱਚ, ਬੜਾ ਚਾਉ ਹੈ ਕਿ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੱਜ ਮੈਂ ਦਰਸ਼ਨ ਕਰਾਂਗੀ ਬਹੁਤ ਨੇੜੇ ਹੋ ਕੇ। ਕਿਉਂਕਿ ਦਾਸੀ ਸੀ, ਦੁੱਖ ਰਾਣੀ ਸੀ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪੈਂਦਾ ਵਾਲੇ ਪਾਸੇ ਖਲੋ ਕੇ ਇਹ ਦਾਸੀ ਤੁਲਸਾਂ ਸੋਚਦੀ ਹੈ ਮਨ ਵਿੱਚ ਕਿ ਤੁਲਸਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੂੰ ਤੇਰੀ ਮਾਲਕਣ ਦਾ ਹੁਕਮ ਹੈ ਕਿ ਉਠਾ ਕੇ ਲੈ ਕੇ ਆਉਣਾ ਹੈ, ਉਠਾਉਣਾ। ਤੇ ਹੁਣ ਮੈਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਿਵੇਂ ਉਠਾਵਾਂ, ਇਸ ਆਵਾਜ਼ ਮਾਰ ਕੇ ਉਠਾ ਦਿਆਂ? ਕਹਿਣ ਲਈ ਨਹੀਂ, ਇਹ ਤੇਰੀ ਆਵਾਜ਼ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੰਨਾਂ ਦੇ ਪਰਦਿਆਂ ਦੇ ਨਾਲ ਟਕਰਾਉਣ ਦੇ ਕਾਬਲ ਨਹੀਂ। ਤੇਰੀ ਆਵਾਜ਼ ਬੜੀ ਭੱਦੀ ਹੈ, ਵੇਖੀ ਕਿਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੂੰ ਆਵਾਜ਼ ਨਾ ਮਾਰ ਦੇਈ, ਕਿਤੇ ਪਾਪਾਂ ਦੀ ਭਾਗਣ ਬਣ ਜਾਏ। ਫਿਰ ਕਹਿੰਦੀ ਹੈ ਇਹਨਾਂ ਹੱਥਾਂ ਨਾਲ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਨੂੰ ਛੋਹ ਕੇ ਉਠਾ ਦਿਆਂ? ਕਹਿੰਦੀ ਨਹੀਂ, ਇਹ ਹੱਥ ਮੇਰੇ ਹਰ ਵੇਲੇ ਘਰ ਵਿੱਚ ਕੂੜਾ ਕਰਕਟ ਨੂੰ ਸਾਫ਼ ਕਰਦੇ ਹੈ, ਭਾਂਡੇ ਮਾਂਜਦੇ ਹੈ, ਬਰਤਨ ਸਾਫ਼ ਕਰਦੇ ਹੈ, ਇਹ ਹੱਥ ਮੇਰੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਨੂੰ ਛੋਹਣ ਦੇ ਵੀ ਕਾਬਲ ਨਹੀਂ। ਤੀਜੀ ਵਾਰ ਫਿਰ ਮਨ ਵਿੱਚ ਸੋਚਦੀ ਹੈ ਕਿ ਕੀ ਕੀਤਾ ਜਾਏ। ਦਾਸੀ ਤੁਲਸਾਂ ਸੋਚ ਸੋਚ ਕੇ ਉਹਦੀ ਸੋਚ ਸਿੱਟੇ ਉੱਤੇ ਪਹੁੰਚੀ, ਕਹਿਣ ਲੱਗੀ ਸਭ ਤੋਂ ਕੋਮਲ ਮੇਰੀ ਇਹ ਜ਼ਬਾਨ ਹੈ, ਸਭ ਤੋਂ ਕੋਮਲ ਮੇਰੀ ਇਹ ਜੀਭ ਹੈ, ਮੇਰੀ ਆਵਾਜ਼ ਵੀ ਕੰਨਾਂ ਨੂੰ ਛੋਹਣ ਦੇ ਕਾਬਲ ਨਹੀਂ, ਮੇਰੇ ਹੱਥ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਨੂੰ ਛੋਹਣ ਦੇ ਕਾਬਲ ਨਹੀਂ, ਪਰ ਮੇਰੀ ਸਭ ਤੋਂ ਜੋ ਕੋਮਲ ਮੇਰੇ ਕੋਲ ਜੀਭ ਹੈ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਨੂੰ ਛੁਹਾ ਕੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੂੰ ਉਠਾ ਦਿਆਂ। ਚਰਨਾਂ ਵਾਲੇ ਪਾਸੇ ਕੱਪੜਾ ਚੁੱਕਿਆ, ਚਿੱਟੀ ਚਾਦਰ ਚੁੱਕ ਕੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਨੂੰ, ਇਹ ਜੋ ਆਪਣੀ ਜੀਭ ਹੈ, ਇਹ ਜੋ ਆਪਣੀ ਜ਼ੁਬਾਨ ਹੈ, ਇਹ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਨੂੰ ਛੁਹਾਈ, ਬ੍ਰਹਮ ਗਿਆਨ ਹੋ ਗਿਆ ਦਾਸੀ ਤੁਲਸਾ ਨੂੰ। ਲਿਖਦਾ ਸ਼ਾਇਰ, ਉਹ ਕਹਿੰਦਾ ਜਬ ਕਦਮ ਬੋਸੇ ਗੁਰੂ ਕੇ ਮੌਲਾਂ ਕੀ ਮਸਤੀ ਪਾ ਗਈ। ਜਿਸ ਵੇਲੇ ਆਪਣੀ ਜੀਭ ਦੇ ਨਾਲ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨ ਛੋਹੇ ਦਾਸੀ ਤੁਲਸਾ ਨੇ, ਬ੍ਰਹਮ ਗਿਆਨ ਹੋ ਗਿਆ। ਦਾਸੀ ਤੁਲਸਾ ਪਾਗਲ ਹੋ ਉੱਠੀ, ਕਹਿਣ ਲੱਗੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੁੱਤੇ ਨਹੀਂ, ਜਬ ਚਰਨ ਬੋਸੇ ਗੁਰੂ ਕੇ ਮੌਲਾ ਕੀ ਮਸਤੀ ਪਾ ਗਈ, ਖਤਮ ਹੋਈ ਖੁਦਾ ਅੱਲਾ ਕੀ ਹਸਤੀ ਛਾ ਗਈ, ਮੈਂ ਤੂੰ ਕੇ ਝਗੜੇ ਮਿਟ ਗਏ, ਤੂੰ ਤੂੰ ਕਰਤੀ ਤੂੰ ਹੋਈ, ਪੂੰਜੀ ਖੁਦਾ ਕੇ ਘਰ ਕੀ ਮਹਿੰਗੀ ਥੀ ਸਸਤੀ ਪਾ ਗਈ। ਆਓ ਤੱਕੀਏ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੂੰ, ਇਹ ਦਾਸੀ ਤੁਲਸਾ ਕਹਿੰਦੀ ਏ ਨਾਨਕ ਤੂੰ ਆਮ ਬੰਦਾ ਨਹੀਂ, ਨਾਨਕ ਤੂੰ ਖੁਦ ਖੁਦਾ ਹੈ, ਆਓ ਤੱਕੀਏ ਸੌ ਰੱਬ ਦੀ ਤੂੰ ਰੱਬੀ ਅਵਤਾਰ। ਨਾਨਕਾ ਦਾਸੀ ਤੁਲਸਾ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਖੜ ਕੇ ਕੁਝ ਗੱਲਾਂ ਇਉਂ ਕਰਦੀ ਹੈ। ਸਾਰਾ
ਰੱਬ ਦੀ ਤੁਰਪੀ ਸੋ ਰੱਬ ਦੀ ਤੁਰਪੀ ਅਵਤਾਰ ਨਾਨਕਾ ਤੇਰੇ ਵਿੱਚੋਂ ਹੁੰਦਾ ਰੱਬ ਦਾ ਦੀਦਾਰ ਨਾਨਕਾ ਸੋ ਰੱਬ ਦੀ ਤੁਰਪੀ ਤੇਰੇ ਹੱਥਾਂ ਵਿੱਚ ਹਸਤੀ ਅੱਖੀਆਂ ਚ ਮਸਤੀ ਜਿਹਦੇ ਵੱਲ ਤੂੰ ਤਕਾਇਆ ਤੇਰਾ ਹੋ ਕੇ ਮਾਰਸੀ ਜਿਹਦੇ ਵੱਲ ਤੂੰ ਤਕਾਇਆ ਤੇਰਾ ਹੋ ਕੇ ਮਾਰਸੀ ਤੇਰਾ ਹੋ ਕੇ ਮਾਰਸੀ ਤੇਰੇ ਨੈਣਾ ਚ ਪਿਆਰ ਤੇਰੇ ਨੈਣਾ ਚ ਪਿਆਰ ਦੀ ਬਹਾਰ ਨਾਨਕਾ ਤੇਰੇ ਵਿੱਚੋਂ ਹੁੰਦਾ ਰੱਬ ਦਾ ਦੀਦਾਰ ਨਾਨਕਾ ਸੋ ਰੱਬ ਦੀ ਤੁਰਬੀ ਆ ਜਾ ਅੱਖੀਆਂ ਦੇ ਵਿੱਚ ਤੈਨੂੰ ਮੈਂ ਛੁਪਾ ਲਵਾਂ ਟੋਕੇ ਪਲਕਾਂ ਦੇ ਬੂਹੇ ਬਾਰੋਂ ਤਾਲਾ ਲਾ ਲਵਾਂ ਟੋਕੇ ਪਲਕਾਂ ਦੇ ਬੂਹੇ ਬਾਰੋਂ ਤਾਲਾ ਲਾ ਲਵਾਂ ਬਾਰੋਂ ਤਾਲਾ ਲਾ ਲਵਾਂ ਵਸ ਅੱਖੀਆਂ ਚ ਵਰਸ ਵਸ ਅੱਖੀਆਂ ਚ ਵਰਸ ਕਈ ਹਜ਼ਾਰ ਨਾਨਕਾ ਤੇਰੇ ਵਿੱਚੋਂ ਹੁੰਦਾ ਰੱਬ ਦਾ ਦੀਦਾਰ ਨਾਨਕਾ ਸੋ ਰੱਬ ਦੀ ਤੁਰਬੀ ਸਬਕ ਸਿੱਖਣਾ ਹੈ ਤੈਥੋਂ ਵੱਡੇ ਵੱਡੇ ਆਲਮਾ ਤੇਰੇ ਚਰਨ ਦਬਾਉਣੇ ਬਾਲਮਾਂ ਦੇ ਬਾਲਮਾ ਤੇਰੇ ਚਰਨ ਦਬਾਉਣੇ ਬਾਲਮਾਂ ਦੇ ਬਾਲਮਾ ਬਾਲਮਾਂ ਦੇ ਬਾਲਮਾ ਮੇਰੇ ਜਿਹੇ ਤੇ ਲੱਖਾਂ ਮੇਰੇ ਜਿਹੇ ਤੇਰੇ ਲੱਖਾਂ ਸੇਵਾਦਾਰ ਨਾਨਕਾ ਤੇਰੇ ਵਿੱਚੋਂ ਹੁੰਦਾ ਰੱਬ ਦਾ ਦੀਦਾਰ ਨਾਨਕਾ ਤੇਰੇ ਵਿੱਚੋਂ ਹੁੰਦਾ ਰੱਬ ਦਾ ਦੀਦਾਰ ਨਾਨਕਾ ਸੋ ਰੱਬ ਦੀ ਤੁਰਬੀ ਇਤਨੀਆਂ ਬੇਨਤੀਆਂ ਪ੍ਰਵਾਨ ਕਰੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਸਾਰੀ ਕੀਰਤਨ ਪੇਟ ਮਾਇਆ ਸਾਰੀਆਂ ਸੰਗਤਾਂ ਵੱਲੋਂ ਇਤਿਹਾਸ ਪੇਟ ਆਈ ਹੈ ਮੇਰੇ ਬਹੁਤ ਇਸ਼ਤਕਾਰਯੋਗ ਗਿਆਨੀ ਪ੍ਰਤਪਾਲ ਸਿੰਘ ਜੀ ਤੁਹਾਡੇ ਇਸ ਇਲਾਕੇ ਵਾਲੇ ਰਾਜਸਥਾਨ ਵਾਲੇ ਉਹਨਾਂ ਵੱਲੋਂ ਬਹੁਤ ਸਾਰੀ ਮਾਇਆ ਸਾਰੀਆਂ ਸੰਗਤਾਂ ਦਾ ਧੰਨਵਾਦ ਸਟੇਜ ਕਤਰ ਸਾਹਿਬ ਦਾ ਗਿਆਨੀ ਜੀ ਦਾ ਧੰਨਵਾਦ ਜਿਨ੍ਹਾਂ ਨੇ ਸਮਾਂ ਦੇਖ ਕੇ ਨਵਾਜਿਆ ਹੈ ਗੱਜ ਕੇ ਫਤਿਹ ਬੁਲਾਓ ਗੁਰੂ ਖਾਲਸਾ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ